ਹਾਂਜੀ ਸੋ ਆਪਾਂ ਸ਼ਿਮਲੇ ਤੋਂ ਅੱਗੇ ਆ ਗਏ ਹਾਂ ਅਤੇ ਸ਼ਿਮਲੇ ਵਿੱਚ ਸਨੋਅ ਬਿਲਕੁਲ ਹੈ ਨਹੀਂ ਸੀ ਉੱਥੇ ਲੱਕੜ ਮੰਡੀ ਦੇ ਵਿੱਚ ਸੀਗੀ ਸੋ हैलो एवरीवन वेलकम बैक टू माई यूट्यूब चैनल सो अज असी जाने शिमले नू ये प्लैन जिहड़ा अनप्लैनड आ ये कोई प्लैन प्लून है नहीं साडा कुछ किदा किदा करना की करना कित्थे रहना कुछ नहीं है कोई बुकिंग नहीं की हैगी सो एदी आपां चल पए इमीडिएटली प्लैन बनिया नाल अपने दीपा हियाला इहदा यूट्यूब चैनल आ लिंक मैं डिस्क्रिप्शन दे दूंगा तुसीं फॉलो कर सकते हैं जाके वीडियो देखो चंगा लगे सबसक्राइब करो नहीं लगा लगे कोई सबसक्राइब नहीं करना तो एक बंदा अपना वह मुंडा डॉक्टर आ MBBS आ ਹਲੇ ਬਿਜ਼ੀ ਆ ਫੋਨ 'ਤੇ ਸੋ ਅਸੀਂ ਹਲੇ ਤਕਰੀਬਨ ਅੱਧਾ ਘੰਟਾ ਦੂਰ ਹਾਂ ਸ਼ਿਮਲੇ ਤੋਂ ਸੋ ਬਹੁਤ ਵਧੀਆ ਮੌਸਮ ਆ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਅਤੇ ਪੰਜਾਬ ਵਿੱਚ ਤਾਂ ਸੂਰਜ ਦਾ ਨਾਂ ਨਿਸ਼ਾਨ ਹੈ ਨਹੀਂਗਾ 4-5 ਦਿਨ ਤੋਂ ਸੋ ਆਪਾਂ ਸਵੇਰੇ ਨਵੇਂ ਸ਼ਹਿਰ ਤੋਂ ਤਕਰੀਬਨ 4 ਵਜੇ ਤੁਰ ਪਏ ਸੀਗੇ ਸੋ ਇਸ ਕਰਕੇ 6-7 ਘੰਟੇ ਲੱਗ ਜਾਂਦੇ ਆਉਣ ਨੂੰ ਇੱਥੇ ਜਲਦੀ ਪਹੁੰਚ ਗਏ ਅਸੀਂ ਅੱਧਾ ਘੰਟੇ ਦਾ ਰਾਹ ਤਕਰੀਬਨ ਅੱਗੇ ਹੋਣਾ 20 ਕਿਲੋਮੀਟਰ ਹੋ ਰਿਹਾ ਸ਼ਿਮਲਾ ਇੱਥੋਂ ਅੱਗੇ ਸੋ ਬਹੁਤ ਵਧੀਆ ਵਿਊ ਬਹੁਤ ਸੋਹਣੇ ਸੋਹਣੇ ਆ ਤੁਹਾਨੂੰ ਵੀਡੀਓ ਵਿੱਚ ਬਹੁਤ ਵਧੀਆ ਵਧੀਆ ਅਮੇਜ਼ਿੰਗ ਅਮੇਜ਼ਿੰਗ ਕੁਦਰਤ ਦੇ ਨਜ਼ਾਰੇ ਦੇਖਣ ਨੂੰ ਮਿਲੂਗੇ ਸੋ ਵੀਡੀਓ ਦੇ ਐਪੀਸੋਡ ਮੇ ਵੀ ਜ਼ਿਆਦਾ ਆਊਗੇ 2 ਵੀ ਆ ਸਕਦੇ 3 ਵੀ ਆ ਸਕਦੇ ਸੋ ਆਪਾਂ ਇਹ ਆਸ ਹੀ ਲੈ ਕੇ ਤੁਰਿਆ ਕਿ ਸਨੋਸ ਨੂੰ ਦਿਖੂਗੀ ਦੇਖੋ ਬਾਕੀ ਹਾਂਜੀ ਸੋ ਆਪਾਂ ਸ਼ਿਮਲੇ ਤੋਂ ਅੱਗੇ ਆ ਗਏ ਹਾਂ ਅਤੇ ਸ਼ਿਮਲੇ ਵਿੱਚ ਸਨੋਅ ਬਿਲਕੁਲ ਹੈ ਨਹੀਂ ਸੀ ਉੱਥੇ ਲੱਕੜ ਮੰਡੀ ਦੇ ਵਿੱਚ ਸੀਗੀ ਸੋ ਅਸੀਂ ਚੱਲੇ ਕੁਫਰੀ ਨੂੰ ਕੁਫਰੀ ਇੱਥੋਂ 30 ਕਿਲੋਮੀਟਰ ਦੂਰ ਆ ਸੋ ਰਾਸਤੇ ਵਿੱਚ ਵਿਊ ਬਹੁਤ ਸੋਹਣਾ ਸੀਗਾ ਇੱਥੇ ਇਸ ਲਈ ਅਸੀਂ ਰੁਕ ਗਏ ਸੋ ਅੱਗੇ ਜਾ ਕੇ ਦੇਖਦੇ ਹਾਂ ਹੋਪ ਇੱਦੀ ਹਾਂ ਵੀ ਉੱਥੇ ਬਹੁਤ ਵਧੀਆ ਵਧੀਆ ਵਿਊ ਦੇਖਣ ਨੂੰ ਮਿਲੂਗੇ ਚਲੋ ਦੇਖਦੇ ਅੱਗੇ ਜਾ ਕੇ ਹਾਂਜੀ ਸੋ ਆਪਾਂ ਜਿਹੜੀ ਚੀਜ਼ ਦੇਖਣਾ ਆਏ ਸੀਗੇ ਆਪਾਂ ਨੂੰ ਮਿਲ ਗਈ ਆ ਪੂਰੀ ਧੰਨ ਧੰਨ ਹੋਈ ਪਈ ਆ ਅਰੇ ਇਹ ਕੁਫਰੀ ਆ ਆਪਾਂ ਕੁਫਰੀ ਵਿੱਚ ਆਏ ਹਾਂ ਇਹ ਤਕਰੀਬਨ ਸ਼ਿਮਲੇ ਤੋਂ 30 ਕਿਲੋਮੀਟਰ ਦੂਰ ਆ ਅਤੇ ਇੱਥੇ ਬੜੀ ਸਨੋਅ ਪਈ ਆ ਪੂਰਾ ਐਨ ਰੰਗੀਨ ਮੌਸਮ ਆ ਧੁੱਪ ਨਿਕਲੀ ਹੋਈ ਆ ਬਹੁਤ ਵਧੀਆ ਸਾਰਾ ਕੁਛ ਤੂਫਾਨ ਪੂਰਾ ਹੋ ਰਿਹਾ ਆ ਬਰਫ ਪੂਰੀ ਆ ਗਾਈਡ ਆਪਣੇ ਨਾਲ ਆ ਸੋ ਉਹ ਅੱਗੇ ਦੱਸੂਗਾ ਕਿੱਧਰ ਕਿੱਧਰ ਜਾਣਾ ਗਾਈਡ 100 ਰੁਪਈਆ ਲੈਂਦਾ ਸੋ ਉਹ ਸਾਰੀਆਂ ਜਗ੍ਹਾ ਜੋ ਨੀਅਰ ਨੀਅਰ ਇੱਥੇ ਸਾਰੀਆਂ ਘੁਮਾਉਂਦੇ ਆ ਉਹ
ਤੇ ਅੱਗੇ ਐਡਵੈਂਚਰ ਪਾਰਕ ਚੱਲੇ ਆਪਾਂ। ਆਈਸ ਐਡਵੈਂਚਰ ਪਾਰਕ ਹੈ ਤੇ ਜਾ ਕੇ ਦੇਖਦੇ ਆ ਕੀ ਪ੍ਰੋਗਰਾਮ ਹੈ ਉੱਥੇ। ਟਿਕਟਾਂ ਲਈਆਂ ਵਾਲ ਕਲਾਈਮਿੰਗ ਦੀਆਂ ਇੱਕ ਬੰਦੇ ਦਾ 700 ਰੁਪਇਆ, ਸੋ ਆਈਸ ਸਕੇਟਿੰਗ ਕਰਨੀ ਵਗੈਰਾ ਉਹਦਾ 1500 ਇੱਕ ਬੰਦੇ ਦਾ। ਸੋ ਇੱਕ ਹੋਰ ਆਪਸ਼ਨ ਆ ਅਤੇ ਤੁਸੀਂ ਸਾਰਾ ਕੁਛ ਉਹਦੇ ਵਿੱਚ ਚੂਜ਼ ਕਰ ਸਕਦੇ ਆ ਕੀ ਕਰਨਾ ਤੁਸੀਂ। ਇਹ 1.5 ਘੰਟਾ ਲੱਗਦਾ ਤਕਰੀਬਨ, ਅੱਗੇ ਜਾ ਕੇ ਦੇਖਦੇ ਬਾਕੀ। ਵਿਊਪਰ ਨੂੰ ਐਡਵਾਈਸ ਆ ਵੀ ਆਪਾਂ ਬੀਮਾ ਬੂਮਾ ਕਰਾ ਕੇ ਆਓ ਭਾਈ, ਇਹਨਾਂ ਦੋਨਾਂ ਦੇ ਹੋਇਆ, ਮੇਰਾ ਨਹੀਂ ਹੋਇਆ ਹੈਗਾ। ਸੋ ਇੱਥੇ ਸਲਿਪਰੀ ਬਹੁਤ ਆ, ਆਈਸ ਆ ਸਾਰੀ ਆ ਜੰਮੀ ਪਿੱਛੇ ਥੱਲੇ, ਜਿਹੜੀ ਆ ਬਲੈਕ ਆਈਸ ਕਹਿੰਦੇ ਇਹਨੂੰ, ਕਹਿੰਦੇ ਨਹੀਂ ਹੈਗੀ। ਵੀਰੇ ਕਿੱਦਾਂ ਦਾ ਫੀਲ ਹੋ ਰਿਹਾ ਇੱਥੇ ਆ ਕੇ? ਕੋਈ ਨਹੀਂ ਪਤਾ ਲਾ ਬਈ, ਰੀਅਲ ਰੀਅਲ ਐਡਵੈਂਚਰ ਸਟਾਰਟ ਹੋ ਗਿਆ ਰੀਅਲ। ਚੱਲ ਬਾਈ ਚੱਲ, ਮੇਰੀ ਤੇਰੇ ਨਾਲ ਬੰਨੀ ਹੋਈ। ਚੱਲ 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 ਬਾਈ ਜਾਨ, ਕਿੱਦਾਂ ਠੀਕ ਆ? ਚੱਲ 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 ਚੱਲ, ਕਿੱਥੇ ਮੰਨਦਾ ਤੂੰ ਕੇ ਠਰੇ ਹੋ ਆ ਬਹੁਤ, ਹੱਥ ਤਾਂ ਬੜੇ ਨੀ ਹੁੰਦੇ, ਔਖਾ ਕੰਮ ਔਖਾ ਕੰਮ ਮੌਕਾ। ਚੱਲ ਕੋਈ ਨੀ ਕੋਈ ਨੀ, ਖਿਲਾੜੀ ਇੱਕ ਤਾਂ ਫੇਲ ਹੋ ਗਿਆ, ਦੂਜਾ ਆ ਗਿਆ, ਫੇਲ ਹੋ ਗਿਆ। ਸ਼ਾਬਾਸ਼, ਆ ਜਾ ਆ ਜਾ ਆ ਜਾ ਸੁੱਖੇ ਨਾਲ ਉੱਪਰ ਆ ਤੂੰ, ਜਕਾਰਾ ਲਾ ਦੇ ਬੋਲ। ਆ ਸਟਾਰਟ ਕਰ ਰਹਾ ਹਾਂ, ਆ ਰਸਿਆਂ ਦਾ ਜਗਾੜ ਜਿਹਾ ਕਰਕੇ, ਇਹਨਾਂ ਕਰੇ ਕਦੇ ਠੰਡ ਬਹੁਤ ਹੈ ਇੱਥੇ, ਠੀਕ ਹੈ ਗਲਵਸ ਲੈ ਕੇ ਆਓ ਆਪਣੇ ਨਾਲ। ਇਹ ਉੱਦਾਂ ਕਹਿੰਦਾ ਸੀ ਮੈਂ ਫੌਜੀ ਹਾਂ, ਜਾਂ ਵਿਚਾਲੇ ਰਹਿ ਗਏ ਥੋੜ੍ਹੇ ਜਿਹਾ, ਤਾਂ ਇੱਦਾਂ ਦੀਆਂ ਗੱਲਾਂ ਕਰਦਾ ਸੀ। ਅਤੇ ਹੁਣ ਠੰਡ ਆ, ਫੌਜੀਆਂ ਦੇ ਕਿਹੜਾ ਗਲਵਸ ਨਹੀਂ ਦਿੰਦੇ ਹੈਗੇ? ਟਾਈਮ 2 ਵੱਜ ਚੁੱਕੇ ਆ, ਸਾਡੀਆਂ ਥੋੜ੍ਹੇ ਬਹੁਤ ਐਕਟੀਵਿਟੀਆਂ ਹੋ ਗਈਆਂ, ਥੋੜ੍ਹੇ ਬਹੁਤ ਪੈਂਡਿੰਗ ਆ, ਪਰ ਸਾਡਾ ਪਲੈਨ ਹੈ ਨਹੀਂ ਗਾ ਕੋਈ ਗਾਹਾਂ ਕੁਛ ਕਰਨੇ ਦਾ, ਕਿਉਂਕਿ ਸ਼ਿਮਲੇ ਵਿੱਚ ਬਹੁਤ ਟੂਰਿਸਟ ਆਏ ਹੋਏ ਆ, ਉੱਥੇ ਜਾ ਕੇ ਰੂਮ ਨਹੀਂ ਮਿਲਣਾ ਹੈਗਾ ਸਾਨੂੰ, ਇੱਥੋਂ 2 ਘੰਟੇ ਲੱਗ ਜਾਂਦੇ ਆ ਤਕਰੀਬਨ ਸ਼ਿਮਲੇ ਜਾਣ ਲਈ। ਸੋ ਅਸੀਂ 3 ਵਜੇ ਤੋਂ ਪਹਿਲਾਂ ਉੱਥੇ ਲਈ ਨਿਕਲਣਾ ਆ, ਸੋ ਅੱਗੇ ਦੇਖਦੇ ਆ ਕੀ ਹੁੰਦਾ। ਸੋ ਇੱਥੇ ਵੀ ਟੂਰਿਸਟ ਬਹੁਤ ਆ, ਸੋ ਇਸ ਕਰਕੇ ਬਹੁਤ ਟਾਈਮ ਲੱਗਦਾ ਆ ਐਕਟੀਵਿਟੀਆਂ ਨੂੰ, ਬਹੁਤ ਜ਼ਿਆਦਾ ਰਸ਼ ਹੋਇਆ। ਠੰਡ ਬਹੁਤ ਹੈ, ਅੱਗ ਵੀ ਬਹੁਤ ਹੈ, ਕੋਈ ਕਮੀ ਨਹੀਂ ਹੈ, ਇੱਦਾਂ ਦੀ ਚੱਕਰ ਨਹੀਂ ਹੈਗਾ ਵੀ ਠੰਡ ਹੈ ਅਤੇ ਇੱਥੇ ਲੱਕੜਾਂ ਸੁੱਕੀਆਂ ਨਹੀਂ ਹੈਗੀਆਂ, ਸਭ ਕੁਛ ਹੈਗਾ। ਹੁਣ ਅਸੀਂ ਕੁਫਰੀ ਤੋਂ ਸ਼ਿਮਲਾ ਜਾਣਾ, ਟਾਈਮ ਤਕਰੀਬਨ 2:30 ਵੱਜ ਗਿਆ ਅਤੇ ਸ਼ਿਮਲੇ ਵਿੱਚ ਟੂਰਿਸਟ ਬਹੁਤ ਆ, ਇਸ ਕਰਕੇ ਰੂਮ ਬਹੁਤ ਔਖੇ ਮਿਲਦੇ ਆ। ਸੋ ਉੱਥੇ ਜਾ ਕੇ ਦੇਖਦੇ ਹਾਂ ਰੂਮ ਕਿੱਦਾਂ ਮਿਲਦੇ ਆ, ਕੀ ਹਿਸਾਬ ਕਿਤਾਬ ਹੁੰਦਾ ਆ, ਕਿੰਨੇ ਪੈਸੇ ਦਾ ਮਿਲਦਾ ਆ। ਅਤੇ ਇੱਥੋਂ ਤਕਰੀਬਨ 2 ਘੰਟੇ ਲੱਗ ਜਾਂਦੇ ਆ ਸ਼ਿਮਲੇ ਨੂੰ ਜਾਣ ਲਈ। ਸੋ ਜੋ ਅਸੀਂ ਐਡਵੈਂਚਰ ਐਕਟੀਵਿਟੀਆਂ ਕੀਤੀਆਂ ਉਹਦੇ ਵਿੱਚ ਹੋਰ 2-3 ਹਜੇ ਪੈਂਡਿੰਗ ਸੀਗੀਆਂ, ਅਸੀਂ ਉਹ ਕੀਤੀਆਂ ਨੇ, ਸਾਡੇ ਕੋਲ ਟਾਈਮ ਘੱਟ ਸੀਗਾ। ਹੁਣ ਮਿਲਦੇ ਆਪਾਂ ਸ਼ਿਮਲੇ ਜਾ ਕੇ ਰੂਮ ਦੇਖਦੇ, ਉੱਥੇ ਮਿਲਦਾ ਕਿ ਨਹੀਂ ਮਿਲਦਾ।